ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਲੋਕ ਸਭਾ ਹਲਕਾ ਜਲੰਧਰ ਤੋਂ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਥ ਵਿੱਚ ਪਿੰਡ ਪੱਧੀ ਜਗੀਰ ਵਿਖੇ ਚੋਣ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਬਸਪਾ ਦੇ ਪੰਜਾਬ ਪ੍ਰਧਾਨ ਰਜਪਾਲ ਰਾਜੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਰਵਾਇਤੀ ਪਾਰਟੀਆਂ ਨੇ ਸੱਤਾ 'ਤੇ ਬੈਠ ਕੇ ਦੇਸ਼ ਦੇ ਲੋਕਾਂ ਨੂੰ ਠੱਗਿਆ ਹੈ ਅਤੇ ਹੁਣ ਲੋਕ ਦੇਸ਼ ਅੰਦਰ ਬਦਲਾਅ ਚਾਹੁੰਦੇ ਹਨ। ਉਹਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਲੋਕ ਇਨਸਾਫ ਪਾਰਟੀ ਤੋਂ ਸਰੂਪ ਸਿੰਘ ਕਡਿਆਣਾ, ਸਤਪਾਲ ਸਿੰਘ ਵਿਰਕ, ਤਰਲੋਕ ਸਿੰਘ ਵਿਰਕ, MP ਸਿੰਘ ਗੁਰਾਇਆ, ਅੰਮ੍ਰਿਤ ਭੌਂਸਲੇ, ਲਾਲਚੰਦ ਔਜਲਾ, ਤੀਰਥ ਰਾਜਪੁਰਾ, ਜਸਵਿੰਦਰ ਸਿੰਘ ਢੇਸੀ, ਕਰਮਜੀਤ ਕੰਮਾ, ਗੌਰਵ ਕੁਮਾਰ, ਪਰਮਜੀਤ ਸਿੰਘ ਰੰਧਾਵਾ, ਗਿਰਦਾਰੀ ਲਾਲ ਭਾਸਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਬਹੁਜਨ ਸਮਾਜ ਪਾਰਟੀ ਦੇ PDA ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ, ਜਿਹੜੇ ਕਿ ਜਲੰਧਰ ਹਲਕੇ ਤੋਂ ਚੋਣ ਲੜ ਰਹੇ ਆ, ਉਹਨਾਂ ਦੇ ਹੱਕ ਵਿੱਚ ਅੱਜ ਫਲੌਰ ਵਿੱਚ ਬਹੁਤ ਵੱਡੀ ਇੱਕ ਰੈਲੀ ਹੋਈ ਹੈ, ਕਿਉਂਕਿ ਅਸੀਂ ਇਹ ਰੈਲੀ ਨੇ PDA ਦੇ ਸਾਂਝੇ ਉਮੀਦਵਾਰ ਜਿੰਨੇ ਵੀ PDA ਦੇ ਸਾਥੀ ਸੀ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਸੀ। ਇਹ ਜਿਹੜੇ ਮੀਟਿੰਗ ਸੀ ਅੱਜ ਰੈਲੀ ਵਿੱਚ ਬਦਲ ਗਏ, ਹਜ਼ਾਰਾਂ ਦੇ ਤਾਦਾਦ ਵਿੱਚ ਲੋਕ ਹਾਜ਼ਰ ਹੋਏ ਆ। ਲੋਕਾਂ ਦਾ ਮਨ ਲੋਕਾਂ ਨੇ ਬਣਾਇਆ ਵੀ ਇਸ ਵਾਰ ਕਾਂਗਰਸ ਦਾ ਉਮੀਦਵਾਰ ਅਤੇ ਅਕਾਲੀ ਦਲ ਦਾ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦਾ ਉਹ ਉਮੀਦਵਾਰ ਜਿਹੜਾ ਕਿ ਜਸਟਿਸ ਜੋਰਾ ਸਿੰਘ ਜਿਨ ਅਕਾਲੀ ਦਲ ਨਾਲ ਰਲ ਕੇ ਜਦੋਂ ਮਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਸੀ, ਜਦੋਂ ਬਹਿਬਲ ਕਲਾਂ ਵਿੱਚ ਔਰ ਸ਼ਾਂਤੀਪੂਰਵਕ ਇਕੱਠੇ ਹੋਏ ਲੋਕਾਂ 'ਤੇ ਬਾਦਲਾਂ ਨੇ ਗੋਲੀ ਚਲਾਈ ਸੀ, ਉਦੋਂ ਕਮਿਸ਼ਨ ਬਿਠਾਇਆ ਗਿਆ, ਲੇਕਿਨ ਬਾਦਲਾਂ ਦੇ ਕਹੇ 'ਤੇ ਸਾਰਾ ਕੁਛ ਬਾਦਲਾਂ ਦੇ ਹੱਕ ਵਿੱਚ ਉਹਨਾਂ ਲਿਖਿਆ, ਲੇਕਿਨ ਉਹ ਦੋਸ਼ੀ ਹੈ, ਉਹ ਪਬਲਿਕ ਦਾ ਲੋਕਾਂ ਦਾ ਦੋਸ਼ੀ ਆ, ਸਿੱਖਾਂ ਦਾ ਦੋਸ਼ੀ ਹੈ, ਲੇਕਿਨ ਉਹ ਉਮੀਦਵਾਰ ਖੜ੍ਹਾ। ਲੇਕਿਨ ਅੱਜ ਲੋਕਾਂ ਨੇ ਮਨ ਬਣਾਇਆ ਵੀ ਬਲਵਿੰਦਰ ਕੁਮਾਰ ਜਿਹੜਾ ਕਿ ਯੂਥ ਆਗੂ ਆ ਔਰ ਪੜ੍ਹਿਆ ਲਿਖਿਆ ਉਮੀਦਵਾਰ ਆ ਔਰ PDA ਦਾ ਸਾਂਝੀ ਉਮੀਦਵਾਰ ਆ, ਬਹੁਜਨ ਸਮਾਜ ਪਾਰਟੀ ਦਾ ਸਾਂਝੀ ਉਮੀਦਵਾਰ ਆ, ਉਹਨੂੰ ਅਸੀਂ ਵੋਟਾਂ ਪਾਵਾਂਗੇ, ਤੀਜਾ ਬਦਲ ਲਿਆਵਾਂਗੇ ਪੰਜਾਬ ਦੇ ਵਿੱਚ। ਅੱਜ ਪੂਰੇ 13 ਦੀਆਂ 13 ਸੀਟਾਂ 'ਤੇ PDA ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਆ ਔਰ ਬਹੁਜਨ ਸਮਾਜ ਪਾਰਟੀ ਨੇ ਜਲੰਧਰ, ਹੁਸ਼ਿਆਰਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਨਿਸ਼ਾਨ ਹਾਥੀ 'ਤੇ ਜਿਹੜੇ ਸਾਥੀ ਲੜ ਰਹੇ ਆ ਔਰ ਸਾਰੇ ਲੋਕ ਔਰ ਜਿੰਨੇ ਕਿ PDA ਦੇ ਵੱਖ ਵੱਖ ਚੋਣ ਨਿਸ਼ਾਨਾਂ 'ਤੇ ਸਾਥੀ ਲੜਦੇ ਆ, ਅੱਜ ਲੋਕਾਂ ਨੇ ਮਨ ਬਣਾਇਆ ਵੀ ਪੰਜਾਬ ਦੇ ਵਿੱਚ ਅਸੀਂ ਤੀਜਾ ਬਦਲ ਲਿਆਵਾਂਗੇ ਔਰ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ। ਲੇਕਿਨ 12 ਮਈ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਜਿਹੜਾ ਕਿ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਵਿਖੇ ਆ ਰਹੇ ਆ, ਉਹ 13 ਦੇ 13 ਜਿਹੜੇ ਪਾਰਲੀਮੈਂਟ ਦੇ ਸਾਡੇ ਕੈਂਡੀਡੇਟ ਆ, PDA ਦੇ ਕੈਂਡੀਡੇਟ ਆ, ਉਹਨਾਂ ਦੇ ਹੱਕ ਵਿੱਚ ਲੋਕਾਂ ਨੂੰ ਅਪੀਲ ਕਰਨਗੇ ਔਰ ਆਪਣੇ ਦਿਸ਼ਾ ਨਿਰਦੇਸ਼ ਵੀ ਦੇਣਗੇ। ਇਸ ਕਰਕੇ ਮੈਂ ਅਪੀਲ ਕਰਦਾ ਸਾਰੇ ਲੋਕਾਂ ਨੂੰ, ਸਾਰੇ ਸਾਥੀਆਂ ਨੂੰ, ਸਾਰੇ PDA ਦੇ ਸਾਥੀਆਂ ਨੂੰ, ਵੱਖ ਵੱਖ ਪਾਰਟੀਆਂ ਨੂੰ ਵੀ 12 ਤਰੀਕ ਨੂੰ ਠੀਕ 11 ਵਜੇ ਨਵਾਂ ਸ਼ਹਿਰ ਚੰਡੀਗੜ੍ਹ ਰੋਡ 'ਤੇ ਪਹੁੰਚ ਕੇ ਔਰ ਭੈਣ ਜੀ ਦੇ ਵਿਚਾਰ ਸੁਣੀਏ ਔਰ ਵਿਚਾਰ ਸੁਣ ਕੇ ਆਪਾਂ 19 ਮਈ ਨੂੰ ਔਰ PDA ਦੇ ਜਿੰਨੇ ਵੀ ਸਾਥੀ ਆ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਉਹ ਭੈਣ ਜੀ ਨੂੰ ਆਪਣੀ ਵੋਟ ਦੇ ਸਕਣ ਔਰ ਭੈਣ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਣ। ਜੈ ਭੀਮ, ਜੈ ਭਾਰਤ। ਅੱਜ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਮੀਟਿੰਗ ਜਿਹੜੀ ਹੈ ਕੈਨੇਡੀਅਨ ਪੈਲਸ ਦੇ ਵਿੱਚ ਹੋਈ ਹੈ। ਇਹ ਮੀਟਿੰਗ ਜਿਹੜੀ ਹੈ ਰੈਲੀ ਦਾ ਰੂਪ ਧਾਰਨ ਕਰ ਗਈ, ਦੇਖ ਕੇ ਬੜਾ ਉਤਸ਼ਾਹ ਹੋਇਆ, ਬੜਾ ਚਾਅ ਚੜਿਆ। ਜੋ ਲੋਕਾਂ ਦੀ ਬੋਲੀ ਅਸੀਂ ਲੋਕ ਰਾਏ ਪ੍ਰਾਪਤ ਕਰ ਰਹੇ ਹਾਂ ਉਹ ਸਾਨੂੰ 100% ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਪਰਮਾਤਮਾ ਕਿਰਪਾ ਕਰੇ ਕਿ ਆਉਣ ਵਾਲੀ 23 ਤਰੀਕ ਨੂੰ ਜਦੋਂ ਫੈਸਲੇ ਆਉਣੇ ਨੇ ਇਲੈਕਸ਼ਨ ਦੇ, ਉਸ ਫੈਸਲੇ ਦੇ ਅੰਦਰ
ਜਿਹੜੀਆਂ ਅਮੀਰ ਪਾਰਟੀਆਂ ਨੇ ਜਿਹੜਾ ਕੇਵਲ ਅਤੇ ਕੇਵਲ ਕੁਰਸੀ ਨੂੰ ਆਪਣੀ ਨਿੱਜੀ ਪ੍ਰੋਪਰਟੀ ਸਮਝਦੀਆਂ ਨੇ, ਉਹਨਾਂ ਲੋਕਾਂ ਨੂੰ ਇਸ ਵਾਰ ਪੂਰਨ ਆਸ ਹੈ ਕਿ ਸਾਡੇ ਜਿਹੜੇ ਪੰਜਾਬੀ ਨੇ ਬੜੀ ਸਿਆਣਪ ਵਰਤਦੇ ਹੋਏ ਉਹਨਾਂ ਨੂੰ ਠਿੱਬੀ ਲਾਉਣਗੇ ਅਤੇ ਸਾਡੇ ਜਿਹੜੇ ਨੌਜਵਾਨ ਆਗੂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਬਲਵਿੰਦਰ ਕੁਮਾਰ ਜੀ, ਉਹਨਾਂ ਨੂੰ ਜਿਤਾਉਣਗੇ। ਅਤੇ ਵੈਸੇ ਵੀ ਜ਼ਮਾਨਾ ਚਾਹ ਰਿਹਾ ਕਿ ਜਿਹੜੀ ਯੂਥ ਜਨਰੇਸ਼ਨ ਹੈ ਉਹ ਥੋੜ੍ਹੀ ਅੱਗੇ ਆਵੇ। ਇੱਥੇ ਇਸ ਮੀਟਿੰਗ ਦੇ ਅੰਦਰ ਬਾਰ ਬਾਰ ਗੱਲ ਉੱਭਰ ਕੇ ਆ ਰਹੀ ਸੀ ਕਿ ਚੰਦ ਲੋਕਾਂ ਨੇ ਕੁਰਸੀ ਦੇ ਉੱਤੇ ਆਪਣਾ ਕਬਜ਼ਾ ਜਮਾਇਆ ਹੋਇਆ, ਉਹ ਲੋਕ ਮਰਦੇ ਦਮ ਤੱਕ ਆਪਣੇ ਆਪ ਨੂੰ ਐਮ ਪੀ ਅਖਵਾਉਣਾ ਚਾਹੁੰਦੇ ਆ। ਜਦੋਂ ਕਿ ਆਮ ਕਹਾਵਤ ਹੈ ਵੀ ਜਦੋਂ ਬੰਦਾ 60 ਸਾਲ ਦਾ ਹੋ ਜਾਂਦਾ ਉਹ ਰਿਟਾਇਰ ਹੋ ਜਾਂਦਾ, ਇੱਥੇ 60 ਸਾਲ ਤੋਂ ਛੱਡ ਕੇ ਮੈਂ ਕਹਿੰਦਾ 100 ਸਾਲ ਦੇ ਨੇੜੇ ਢੁੱਕਣ ਵਾਲੇ ਲੋਕ ਵੀ ਹਜੇ ਤੱਕ ਥਾਪੀਆਂ ਮਾਰੀ ਜਾਂਦੇ ਵੀ ਅਸੀਂ ਮੈਂਬਰ ਪਾਰਲੀਮੈਂਟ ਬਣਨਾ। ਸੋ ਇਸ ਵਾਰ ਇਹ ਪੜ੍ਹੇ ਲਿਖੇ ਨੌਜਵਾਨ ਵੀਰ ਬਲਵਿੰਦਰ ਕੁਮਾਰ ਨੂੰ ਜਿਤਾਉਣ ਦੇ ਵਾਸਤੇ ਸਾਡੇ ਪੰਜਾਬ ਡੈਮੋਕਰੇਟਿਕ ਅਲਾਇੰਸ ਦੀ ਇਹ ਮੀਟਿੰਗ ਸੀ, ਉਸ ਵਿੱਚ ਅਸੀਂ ਲੋਕ ਇਨਸਾਫ ਪਾਰਟੀ ਦੇ ਸਾਰੇ ਸਾਥੀ ਪੂਰਾ ਵੱਧ ਚੜ੍ਹ ਕੇ ਆਏ ਹਾਂ ਅਤੇ ਬਹੁਤ ਚੰਗਾ ਲੱਗਿਆ ਸਾਰੀਆਂ ਪਾਰਟੀਆਂ ਦੇ ਨਾਲ ਰਲ ਕੇ ਜਿਹੜੀ ਵਿਚਾਰਧਾਰਾ ਸਾਡੀ ਰਲਦੀ ਆ। ਅਸੀਂ ਵਿਚਾਰਧਾਰਕ ਪੱਖੋਂ ਸਾਰੀਆਂ ਛੇ ਪਾਰਟੀਆਂ ਹਮਖਿਆਲੀਆਂ। ਸੋ ਹਮਖਿਆਲੀ ਲੋਕਾਂ ਦਾ ਇਹ ਜਿਹੜਾ ਸੰਗਠਨ ਹੈ, ਇਸ ਸੰਗਠਨ ਦੇ ਵਿੱਚ ਕਾਮਯਾਬੀ ਦੀ ਸਾਨੂੰ ਪੂਰਨ ਆਸ ਹੈ। ਪੂਰੀ ਅੱਜ ਪੱਦੀ ਜਗੀਰ ਦੇ ਅੰਦਰ ਕੈਨੇਡੀਅਨ ਪੈਲਸ ਦੇ ਵਿੱਚ ਅਸੀਂ ਸ਼੍ਰੀ ਬਲਵਿੰਦਰ ਸਿੰਘ ਜੀ, ਜਿਹੜੇ ਸਾਡੇ ਪੀ ਡੀ ਏ ਦੇ ਉਮੀਦਵਾਰ ਆ ਬਹੁਜਨ ਸਮਾਜ ਪਾਰਟੀ ਦੇ, ਉਹਨਾਂ ਦੇ ਵਾਸਤੇ ਅਸੀਂ ਸਾਰਾ ਵਿਧਾਨ ਸਭਾ ਹਲਕੇ ਦੀ ਇੱਕ ਵੱਡੀ ਮੀਟਿੰਗ ਕਰ ਰਹੇ ਹਾਂ। ਔਰ ਇਸ ਮੀਟਿੰਗ ਦਾ ਇੱਕੋ ਹੀ ਉਦੇਸ਼ ਆ ਕਿ ਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ, ਔਰ ਉਹ ਤਦੇ ਬਣ ਸਕਦੇ ਜੇ ਅਸੀਂ ਅੱਜ ਪੰਜਾਬ ਦੇ ਹਾਲਾਤਾਂ 'ਤੇ ਵਿਚਾਰ ਕਰਾਂਗੇ। ਕਿਉਂਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਸਨਅਤਕਾਰ, ਦੁਕਾਨਦਾਰ, ਰੇਹੜੀ ਵਾਲੇ, ਕੋਖੇ ਵਾਲੇ, ਹਰ ਵਰਗ ਦੇ ਲੋਕ ਜਿਹੜੇ ਆ ਉਹ ਅੱਜ ਤਰ੍ਹਾਂ ਤਰ੍ਹਾਂ ਕਰ ਰਹੇ ਆ। ਔਰ ਤੁਸੀਂ ਦੇਖ ਸਕਦੇ ਹਾਂ ਕਿ ਅੱਜ ਇੱਥੋਂ ਟੀਚਰ ਜਿਹੜੇ ਆ ਉਹ ਵੀ ਅੱਜ ਧਰਨੇ ਮੁਜ਼ਾਹਰੇ ਲਾ ਕੇ ਬੈਠੇ ਆ। 800 ਸਕੂਲ ਬੰਦ ਕਰ ਦਿੱਤਾ। ਇਹ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਜਾਂ ਕੇਂਦਰ ਸਰਕਾਰ ਨੇ 15 ਲੱਖ ਰੁਪਈਆ ਖਾਤਿਆਂ ਵਿੱਚ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ, ਇੱਕ ਵੀ ਜਿਹੜੀ ਮਾਦ ਆ ਉਹ ਪੂਰੀ ਨਹੀਂ ਕੀਤੀ। ਇਸ ਕਰਕੇ ਅੱਜ ਸਮੇਂ ਦੀ ਇੱਕ ਲੋੜ ਵੀ ਆ। ਔਰ ਬਹੁਜਨ ਸਮਾਜ ਨੇ ਜਿਹੜਾ ਇਹ ਤੀਸਰਾ ਮੋਰਚਾ ਪੰਜਾਬ ਦੇ ਅੰਦਰ ਗਠਨ ਕੀਤਾ, ਪੰਜਾਬ ਡੈਮੋਕਰੇਟਿਕ ਅਲਾਇੰਸ, ਅਸੀਂ ਇਹਦੇ ਮਾਧਿਅਮ ਤੋਂ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਝੋਲੀ ਵਿੱਚ ਪਾਵਾਂਗੇ, ਤਾਂ ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਬਣ ਸਕਣ ਔਰ ਦੇਸ਼ ਦੇ ਅੰਦਰ ਇੱਕ ਵਧੀਆ ਔਰ ਨਵਾਂ ਜਿਹੜਾ ਨਵੇਕਲਾ ਜਿਹੜਾ ਉਹ ਦੇਸ਼ ਸਿਰਜਿਆ ਜਾ ਸਕੇ। ਹਾਂਜੀ, ਅੱਜ ਅਸੀਂ ਪਹੁੰਚੇ ਹਾਂ ਕੈਨੇਡੀਅਨ ਪੈਲਸ ਪੱਦੀ ਜਗੀਰ, ਜਿੱਥੇ ਪੀ ਡੀ ਏ ਦੀ ਸਾਰੀ ਸਮੂਹ ਆਪਣੇ ਹਲਕਾ ਫਲੋਰ ਦੇ ਪੀ ਡੀ ਏ ਵਰਕਰ ਅਤੇ ਅਹੁਦੇਦਾਰ ਸਰਬਾਨਾਂ ਦੀ ਮੀਟਿੰਗ ਸੀ, ਜੋ ਕਿ ਬਹੁਤ ਹੀ ਸ਼ਾਨਦਾਰ ਅਤੇ ਵਧੀਆ ਤਰੀਕੇ ਨਾਲ ਹਜੇ ਵੀ ਚੱਲ ਰਹੀ, ਸੁਚਾਰੂ ਤਰੀਕੇ ਨਾਲ ਚੱਲ ਰਹੀ ਆ। ਅਤੇ ਕਾਫੀ ਭਰਮਾ ਹੁੰਗਾਰਾ ਮਿਲਿਆ, ਕਾਫੀ ਇਕੱਠ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਝੰਡੇ ਲਾ ਕੇ ਸਾਰੇ ਵੀਰ ਮੇਰੀ ਹੁਮਮ ਆ ਕੇ ਪੁੱਜੇ ਆ, ਜਿਸ ਵਿੱਚ ਪੰਜਾਬ ਦੀ ਬੀ ਐੱਸ ਪੀ ਦੀ ਸੀਨੀਅਰ ਲੀਡਰਸ਼ਿਪ ਤੋਂ ਸ਼੍ਰੀ ਰਸ਼ਪਾਲ ਜੀ ਰਾਜੂ ਜੀ ਅਤੇ ਲੋਕ ਇਨਸਾਫ ਪਾਰਟੀ ਤੋਂ ਸਰਦਾਰ ਸਰੂਪ ਸਿੰਘ ਕੁੜਿਆਣਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਜੀ ਸਾਰੇ, ਤਾਂ ਅਸੀਂ ਸਾਰੇ ਮੌਜੂਦ ਹੋਏ ਹਾਂ। ਤੋ ਅਸੀਂ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ 2019 ਮਈ ਨੂੰ ਜੋ ਕਿ ਇਲੈਕਸ਼ਨ ਵੋਟ ਪਾਉਣ ਵਾਲਾ ਦਿਨ ਹੈ, ਉਸ ਦਿਨ ਹਾਥੀ ਦੇ ਨਿਸ਼ਾਨ 'ਤੇ ਮੋਹਰਾਂ ਲਾ ਕੇ ਬਲਵਿੰਦਰ ਕੁਮਾਰ ਜੀ ਨੂੰ ਕਾਮਯਾਬ ਬਣਾਓ। ਕਿਉਂਕਿ ਤੁਸੀਂ ਬਾਕੀ ਪਾਰਟੀਆਂ ਨੂੰ ਦੇਖ ਲਿਆ, 70 ਸਾਲ ਤੋਂ ਦੇਖ ਰਹੇ ਹੋ ਕਿ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ, ਤਾਂ ਕੋਈ ਕਰਪਸ਼ਨ ਬੰਦ ਨਹੀਂ ਹੋਈ, ਗਰੀਬ ਅੱਜ ਵੀ ਗਰੀਬ ਹੀ ਮਰ ਰਿਹਾ ਅਤੇ ਅਮੀਰ ਅਮੀਰ ਹੋ ਰਿਹਾ। ਅਤੇ ਇਸ ਬਦਲਾਅ ਨੂੰ ਲਿਆਉਣ ਨੂੰ ਹੁਣ ਬਹੁਤ ਜ਼ਰੂਰੀ ਹੋ ਗਿਆ ਕਿ ਆਪਾਂ ਨਵੇਂ ਚਿਹਰੇ ਲੈ ਕੇ ਆਈਏ ਅਤੇ ਬਲਵਿੰਦਰ ਕੁਮਾਰ ਨੂੰ ਜਿਤਾ ਕੇ ਆਪਾਂ ਦਿੱਲੀ ਅਸੈਂਬਲੀ ਭੇਜੀਏ। ਧੰਨਵਾਦ।